ਸਿੰਘ ਸਾਹਿਬ ਤੇ ਜਿਹੜਾ ਵਿਰਸਾ ਸਿੰਘ ਬਲਟੋਹਾ ਤੇ ਜਥੇਦਾਰ ਹਰਪ੍ਰੀਤ ਸਿੰਘ ਇਹਨਾਂ ਇਹ ਜਿਹੜਾ ਸਾਰਾ ਮਸਲਾ ਇਹਨਾਂ ਦੋਨਾਂ ਦਾ ਟਕਰਾਅ ਬਣ ਕੇ ਰਹਿ ਗਿਆ ਸੋ ਬਲਟੋਹਾ ਨੇ ਜਿਹੜੀ ਲਿਖਤੀ ਕਿ ਸੱਤ ਪੇਜਾਂ ਦੀ ਚਿੱਠੀ ਦਿੱਤੀ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਜਥੇਦਾਰ ਹਰਪ੍ਰੀਤ ਸਿੰਘ ਤੇ ਜਿਹੜੇ ਇਲਜ਼ਾਮ ਲਾਏ ਨੇ ਉਹਨਾਂ ਦੇ ਵਿੱਚ ਇੱਕ ਤਇਆ ਆਮ ਆਦਮੀ ਪਾਰਟੀ ਦੇ ਲੀਡਰ ਰਾਗਵ ਚੰਡਾ ਦੇ ਵਿਆਹ 'ਚ ਜਾਣਾ, ਗ੍ਰਾਮ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨੀ, ਸਾਬਕਾ ਸੀਐਮ ਤੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ 'ਚ ਜਾਣਾ ਇਸ ਤਰ੍ਹਾਂ ਦੇ ਜਿਹੜੇ ਜ਼ਿਕਰ ਕੀਤੇ ਨੇ ਸੋ ਤੁਹਾਡੇ ਮੁਤਾਬਿਕ ਵਿਆਹ ਸ਼ਾਦੀਆਂ ਕੋ ਇੱਕ ਵਿਆਹ ਸ਼ਾਦੀ ਹੁੰਦਾ ਹੈ ਵੀ ਜਿਹੜਾ ਸਧਾਰਨ ਜਿਹਾ ਕੋਈ ਰਿਸ਼ੇਦਾਰੀ ਚੋਂ ਪ੍ਰਭਾਵ ਆ ਗਿਆ ਜਾਂ ਅਮਰਤਾਰੀ ਬੱਚਾ ਹੈ ਤੇ ਉਹਨਾਂ ਦੀ ਇੱਛਾ ਹੈ ਕਿ ਜਥੇਦਾਰ ਸਾਡੇ ਵਿਆਹ ਤੇ ਆਵੇ ਤੇ ਜਾਓ ਲੇਕਿਨ ਇੱਕ ਪ੍ਰਭਾਵਸ਼ਾਲੀ ਰਾਜਨੀਤਿਕ ਲੀਡਰ ਜਿਹੜਾ ਜਿਹਦੇ ਤੁਸੀਂ ਮੁੰਡੇ ਨੂੰ ਨਹੀਂ ਜਾਣਦੇ ਤੁਸੀਂ ਇਹ ਨਹੀਂ ਦੇਖਦੇ ਵੀ ਉਹ ਦਾੜੀ ਕੱਟਦਾ ਹੈ ਕਿ ਰੱਖਦਾ ਹੈ ਕਿ ਉਹ ਅਮਰਤਾਰੀ ਹੈ ਜਾਂ ਨਹੀਂ ਕਿ ਉਹਦੇ ਵਿੱਚ ਕੋਈ ਗੁਰਮਤ ਵਾਲੇ ਗੁਣ ਹੈਗੇ ਜਾਂ ਨਹੀਂ ਕਿ ਉਹਦੇ ਤੁਸੀਂ ਜਾਣਾ ਜਿਹੜਾ ਤੇ ਉਹ ਠੀਕ ਨਹੀਂ ਜੀ ਇੱਕ ਤਾਂ ਇਕ ਤਾਂ ਜਥੇਦਾਰ ਜਿਹੜਾ ਉਹਨੂੰ ਇਹ ਮਿਹਣਾ ਨਾ ਮਿਲੇ ਕੋਈ ਵੀ ਇਹ ਐਸ ਕਰਕੇ ਐਸ ਲਾਲਚ ਲਈ ਐਸ ਵਿਆਹ ਤੇ ਆਇਆ ਜੀ ਅਮਰਤਾਰੀ ਬੱਚੀ ਬੱਚਾ ਉਹਨਾਂ ਦੀ ਇੱਛਾ ਕਿ ਜਥੇਦਾਰ ਸਾਡੇ ਆਵੇ ਤੇ ਜਾਣਾ ਚਾਹੀਦਾ ਪਰ ਉਹ ਬੱਚੀ ਬੱਚਾ ਜਿਹੜਾ ਨਾ ਉਹਨਾਂ ਦੀਆਂ ਲੋੜਾਂ ਜੜੀਆਂ ਉਹ ਗੁਰਮਤ ਅਨੁਸਾਰ ਹੁੰਦੀਆਂ ਨੇ ਜੀ ਤੋਂ ਅਸੀਂ ਇਹ ਆਪਣੇ ਜੱਜਾਂ ਦੇ ਵਿੱਚ ਦੇਖਦੇ ਹਾਂ ਸੈਸ਼ਨ ਕੋਰਟ ਦੇ ਜੱਜ ਨੇ ਹਾਈ ਕੋਰਟ ਦੇ ਜੱਜ ਨੇ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਦੀ ਸੋਸ਼ਲ ਲਾਈਫ ਵਾਈਸ ਦੇਖੀ ਦੇਖਦੇ ਹਾਂ ਹੈ ਨਹੀਂ ਜੀ ਬੜੇ ਰਿਜ਼ਰਵ ਰੈਂਦੇ ਨੇ ਤੇ ਤਖਤਾਂ ਦੇ ਜਥੇਦਾਰ ਤੇ ਹੋਰ ਵੀ ਜ਼ਿਆਦਾ ਰਿਜ਼ਰਵ ਲੈਣੇ ਚਾਹੀਦੇ ਕਿਉਂਕਿ ਇਹਨਾਂ ਦਾ ਖਾਣ-ਪਾਨ ਹਾਲਾਂਕਿ ਜੱਜ ਜਿਹੜੇ ਨੇ ਉਹ ਖਾਂਦੇ ਪੀਂਦੇ ਨੇ ਸ਼ਰਾਬ ਵੀ ਪੀਂਦੇ ਨੇ ਬਾਸ ਵੀ ਖਾਂਦੇ ਨੇ ਜੀ ਸਾਰਾ ਕੁਝ ਤੇ ਇਹ ਅਸੀਂ ਜਿਹੜੇ ਜਥੇਦਾਰ ਨੇ ਇਹਨਾਂ ਨੂੰ ਤੇ ਬਾਸ ਸ਼ਰਾਬ ਵੱਲੋਂ ਤੋਬਾ ਕਰਨੀ ਚਾਹੀਦੀ ਹੈ ਖਾਣ-ਪਾਨ ਇਹਨਾਂ ਦਾ ਸਾਦਾ ਤੇ ਸਾਫ਼-ਸੁਥਰਾ ਹੋਣਾ ਚਾਹੀਦਾ ਜੀ ਤੇ ਭਰੇਜ ਵਾਲਾ ਹੋਣਾ ਚਾਹੀਦਾ ਹਰ ਇੱਕ ਥਾਂ ਤੋਂ ਨਹੀਂ ਬਹਿ ਜਾਣਾ ਚਾਹੀਦਾ ਤੇ ਜੇ ਜਥੇਦਾਰ ਸਾਹਿਬ ਜੋ ਤਖਤ ਤੇ ਹੁੰਦੇ ਨੇ ਆਪਣੇ ਦਫਤਰ ਦੇ ਵਿੱਚ ਹੁੰਦੇ ਨੇ ਤੇ ਉੱਥੇ ਕੋਈ ਵੀ ਲੀਡਰ ਆ ਕੇ ਮਿਲ ਸਕਦਾ ਜਿਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਮਿਲੇ ਸੀ ਜਥੇਦਾਰ ਸਾਹਿਬ ਨੂੰ ਉਹਨਾਂ ਤੇ ਇਲਜ਼ਾਮ ਲੱਗਿਆ ਉਸ ਤੋਂ ਬਾਅਦ ਕਿ ਤੁਹਾਨੂੰ ਫਿਰ ਸਿਕਿਉਰਿਟੀ ਮਿਲ ਗਈ ਤੁਸੀਂ ਵੀ ਜਥੇਦਾਰ ਸਾਹਿਬ ਨੇ ਸਿਕਿਉਰਿਟੀ ਮੰਗੀ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਦੇਖੋ ਦੇਖੋ ਪਹਿਲੀ ਗੱਲ ਤੇ ਆ ਕਿ ਇਹ ਹਰਪ੍ਰੀਤ ਸਿੰਘ ਦਾ ਇਸ ਤਰ੍ਹਾਂ ਦਾ ਰੁਤਬਾ ਨਹੀਂ ਸੀ ਕਿ ਉਹਨਾਂ ਨੂੰ ਜੈਡ ਸ਼੍ਰੇਣੀ ਸਿਕਿਉਰਿਟੀ ਮਿਲ ਜਾਂਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਮਿਲਣੀ ਚਾਹੀਦੀ ਨਹੀਂ ਅਕਾਲ ਤਖਤ ਦਾ ਜਥੇਦਾਰ ਹੋਣਾ ਹੋਰ ਗੱਲ ਆ ਤੇ ਕਾਲ ਤੱਕ ਦੇ ਜਥੇਦਾਰ ਨੂੰ ਇਹਨਾਂ ਭੈਅ ਵੀ ਨਹੀਂ ਹੋਣਾ ਚਾਹੀਦਾ ਕਿ ਸੈਂਟਰ ਸਰਕਾਰ ਦੀ ਸਿਕਿਉਰਟੀ ਲਵੇ ਜੀ ਜਥੇਦਾਰ ਆ ਤੇ ਆਪਣੀ ਸਿਕਿਉਰਟੀ ਹੋਣੀ ਚਾਹੀਦੀ ਆਪਣੀ ਸੈਨਾ ਹੋਣੀ ਚਾਹੀਦੀ ਦੂਸਰੀ ਗੱਲ ਆ ਕਿ ਸਾਡੇ ਕੋਲ ਧਰਮੀ ਫੌਜੀ ਨੇ ਜਿਨ੍ਹਾਂ ਨੂੰ ਅਸੀਂ ਭਰਤੀ ਕੀਤਾ ਹੋਇਆ ਪ੍ਰਬੰਧਕ ਕਮੇਟੀ ਚ ਜੀ ਜੀ ਉਹਨਾਂ ਸੈਨਿਕਾਂ ਤੋਂ ਵੱਡਾ ਵਫਾਦਾਰ ਤੋਂ ਕਿਹੜਾ ਮਿਲ ਸਕਦਾ ਹੂੰ ਉਥੋਂ ਲੋ ਵੀ ਲੋ ਸੌ ਲੋ ਜਨੇ ਲੋ ਉਥੇ ਸਰਵਿਸ ਕਰਦੇ ਨੇ ਅੱਜ ਤੱਕ ਸਿੰਘ ਸਭ ਜੱਥੇਦਾਰ ਸਾਹਿਬ ਨੇ ਕਿਸੇ ਨੇ ਲਈ ਸਕਿਉਰਟੀ ਇਸ ਤਰ੍ਹਾਂ ਜੈਡ ਸਕਿਉਰਟੀ ਤੁਹਾਡੀ ਜੀ ਸਾਰੇ ਹੀ ਲੈਂਦੇ ਰਹੇ ਜੀ ਆ ਕੀ ਗਿਆਨੀਪੂਰਨ ਸਿੰਘ ਤੇ ਕੀ ਵਦੰਤੀ ਜੀ ਇਹ ਦਾ ਨਾਂ ਵੀ ਮੇਰਾ ਲਿਖਾਉਂਦੇ ਰਹੇ ਵੀ ਸਾਨੂੰ ਰঞ্জੀਤ ਸਿੰਘ ਤੋਂ ਖਤਰਾ ਅੱਛਾ ਪਰ ਲੈਂਦੇ ਰਹੇ ਪੰਜਾਬ ਪੁਲਿਸ ਜੀ ਦਿੱਲੀ ਦੀ ਸਕਿਉਰਟੀ ਨਹੀਂ ਲਈ ਕਿ ਤੁਸੀਂ ਕਦੇ ਲਈ ਪੰਜਾਬ ਦੀ ਜਾਂ ਸੈਂਟਰ ਦੀ ਨਹੀਂ ਮੈਂ ਮੈ ਮੈਨੂੰ ਪੰਜਾਬ ਸਰਕਾਰ ਨੇ ਪੇਸ਼ਕਾਸ਼ ਕੀਤੀ ਆਉਂਦੇ ਆ ਮੈਂ ਕਿਹਾ ਜੀ ਮੈਂ ਸਕਿਉਰਟੀ ਲੈਣੀ ਹਥਿਆਰ ਮੈਨੂੰ ਦੇ ਦਿਓ ਬੰਦੇ ਮੇਰੇ ਹੋਣਗੇ ਜੀ ਉਹਨਾਂ ਮੈਨੂੰ ਤਿੰਨ ਹਥਿਆਰ ਦੇ ਦਿੱਤੇ ਦੋ ਗੰਨਾਂ ਤੇ ਇੱਕ ਪਿਸਤਲ ਤੇ ਉਹ ਮੈਂ ਆਪਣੇ ਬੰਦਿਆਂ ਦੇ ਨਾਲ ਤੇ ਸ਼ੁਕਰਵਾਤੇ ਤੇ ਉਹ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੈਨੂੰ 99 ਚ ਕੱਢ ਕੇ ਪਾਸੇ ਮਾਰਿਆ ਨਾਲ ਹੀ ਮੇਰੇ ਹਥਿਆਰ ਵਾਪਸ ਲੈ ਲੇ ਬੰਦਿਆਂ ਨੂੰ ਕਿਹਾ ਜੀ ਥਾਰੇ ਇੰਜ ਜਮਾ ਕਰੋ ਤੇ ਆਪਣੇ 8 ਬੰਦੇ ਮੇਰੇ ਬੂਹੇ ਅੱਗੇ ਫੜਾਤੇ 8-10 ਬੰਦੇ ਪੁਲਿਸ ਦੇ ਅੱਛਾ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਤੁਹਾਡੀ ਲੋੜ ਨਹੀਂ ਤੁਸੀਂ ਜਾਓ ਫਿਰ ਮੇਰੇ ਕੋ ਇੱਕ ਐਸਐਚਓ ਆਇਆ ਜੀ ਇਹ ਐਸਐਸਪੀ ਸਾਹਿਬ ਨੇ ਕਿਹਾ ਕਿ ਨਹੀਂ ਤੁਹਾਡੀ ਮੈਂ ਕਿਹਾ ਐਸਐਸਪੀ ਸਾਹਿਬ ਨੇ ਮੇਰੀ ਸਿਕਿਉਰਿਟੀ ਲੈ ਲਈ ਵਾਪਸ ਜੀ ਖਿਆਰ ਵੀ ਲੈ ਲਿਆ ਹੁਣ ਮੈਂ ਮੇਰੇ ਰਹਿਮ ਕਰਨ ਤੇ ਮੈਨੂੰ ਰਹਿਣ ਦਿਓ ਤੁਸੀਂ ਆਪਣਾ ਕੰਮ ਕਰੋ ਮੈਨੂੰ ਤੁਹਾਡੀ ਸਕਿਉਰਟੀ ਚਾਹੀਦੀ ਜੀ ਫਿਰ ਅਗਲੇ ਦਿਨ ਆਇਆ ਜੀ ਲਿਖ ਕੇ ਦਿਓ ਨਹੀਂ ਚਾਹੀਦੀ ਮੈਂ ਇਹਦਾ ਨਾਮ ਇਹ ਲਿਖ ਕੇ ਮੰਗੀ ਤੇ ਨਾਮ ਇਹ ਲਿਖ ਕੇ ਵਾਪਸ ਕਰਨਾ ਜੀ ਇਹਨਾਂ ਨੂੰ ਲੈ ਜਾਓ ਇੱਥੋਂ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋ ਉਹ ਚਲੇ ਗਏ ਜੀ ਚਲੇ ਗਏ ਜੀ ਨਹੀਂ ਲਈ ਮੈਂ ਆਪ ਗੱਡੀ ਡਰਾਈਵ ਕਰਕੇ ਮੈਨੂੰ ਸਾਰੀ ਦੁਨੀਆ ਦੇਖਦੀ ਹੈ ਮੈਂ ਆਪ ਗੱਡੀ ਡਰਾਈਵ ਕਰਕੇ ਦਿੱਲੀ ਥਾਣੀ ਲੰਘਿਆ ਪੰਜਾਬ ਥਾਣੀ ਦੇ ਵਿੱਚ ਰਿਆਂ ਤੋ ਇੱਕ ਤਾਂ ਜਿਹੜਾ ਜਿਹੜਾ ਵੀ ਜਥੇਦਾਰਾਂ ਦੀ ਡਿਊਟੀ ਨਿਭਾਉਂਦਾ ਤਖਤੇ ਬਹਿੰਦਾ ਉਹਦਾ ਸਭ ਤੋਂ ਪਹਿਲਾ ਇਹ ਇਹ ਨਿਯਮ ਹੋਣਾ ਚਾਹੀਦਾ ਹੈ ਕਿ ਮੈਂ ਸੋਸ਼ਲ ਲਾਈਫ ਦਾ ਬਾਈਕਾਟ ਕਰਾਂ ਹਰੇਕ ਘਰ ਚੋਂ ਖਾਵਾਂ ਨਾ ਹਰੇਕ ਘਰ ਚ ਰਵਾਂ ਨਾ ਰਾਤ ਨੂੰ ਤੇ ਹਰੇਕ ਲੀਡਰ ਦੇ ਘਰਾਂ ਜਾ ਕੇ ਮੈਂ ਪ੍ਰਸ਼ਾਦੇ ਨਾ ਪੜਾਂ ਜੀ ਤੁਸੀਂ ਆਪਣੇ ਵੇਲੇ ਕਦੇ ਨਹੀਂ ਗਏ ਕਿਸੇ ਲੀਡਰ ਦੇ ਘਰੇ ਮੈਂ ਕਹਾਂ ਜੀ ਕੋਈ ਦਾਵਾ ਕਰੇ ਲਾ ਟੌੜਾ ਸਾਹਿਬ ਦੇ ਕਾਰਨ ਆ ਬਾਦਲ ਸਾਹਿਬ ਦੇ ਕਾਰਨ ਆ ਬਰਨਾਲਾ ਸਾਹਿਬ ਦੇ ਕਾਰਨ ਆ ਤਲਵੰਡੀ ਸਾਹਿਬ ਦੇ ਕਾਰਨ ਤੁਹਾਨੂੰ ਬੁਲਾਉਂਦੇ ਤਾਂ ਹੋਣਗੇ ਬੁਲਾਉਂਦੇ ਬਈ ਬੀਬੀ ਸਰਿੰਦਰਪੁਰ ਬੁਲਾਉਂਦੀ ਰਹੀ ਤੁਸੀਂ ਮਨਾਂ ਕਰ ਦਿੰਦੇ ਸੀ ਮੈਂ ਕਹਿੰਦਾ ਸੀ ਨਹੀਂ ਕਿ ਮੈਂ ਜਾਂਦਾ ਨਹੀਂ ਕਿਥੇ ਜੀ ਹਾਂ ਜੀ ਕਿਉਂਕਿ ਇੱਕ ਤੇ ਤੁਹਾਡੇ ਖਾਣ ਪਾਣ ਦੀ ਬਰਿਆਦਾ ਹੋਣੀ ਚਾਹੀਦੀ ਤੁਸੀਂ ਹੋਟਲਾਂ ਤੇ ਬਹਿ ਜੋ ਜਾਂਦੇ ਰੋਟੀ ਖਾਂ ਤੋ ਕਿੱਡੀ ਮਾੜੀ ਗੱਲ ਐ ਤੇ ਇਹ ਪੰਜਾਬ ਲੈਵਲ ਤੇ ਹੀ ਸਾਨੂੰ ਸਿੰਘ ਸਾਹਿਬ ਸੱਦੇ ਆਉਂਦੇ ਸੀ ਜਾਂ ਨੈਸ਼ਨਲ ਲੀਡਰ ਵੀ ਬੁਲਾਉਂਦੇ ਸੀ ਨੈਸ਼ਨਲ ਲੀਡਰ ਵੀ ਅਡਵਾਨੀ ਸਾਹਿਬ ਬਹੁਤ ਉਹਨਾਂ ਨੇ ਜ਼ੋਰ ਲਾਇਆ ਮਿਲਦਾ अच्छा ऐसा सालू वाली अगवाज लाल कृष्णवाणी हां ते एक अपने एमके कोहली साहब ਨੇ ਉਹ ਮੇਰੇ ਕੋ ਉਦੇ ਰਹੇ ਨੇ ਨਾਲ ਤੇਰੇ ਨੂੰ ਭੇਜਾ ਮੈਂ ਕਿਹਾ ਜੀ ਮੈਂ ਸੌਰੀ ਮੈਂ ਜਿੰਨੀ ਦੇਰ ਕੱਲ ਤੱਕ ਦੀ ਸੇਵਾ ਮੈਂ ਨਹੀਂ ਜਾ ਸਕਦਾ